ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਸੋ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਸੋ ਨਵੀਂ ਵੈਕੈਂਸੀ ਲੈ ਕੇ ਆ ਕੇ ਤੁਹਾਡੇ ਸਾਰਿਆਂ ਮੇਰੇ ਹਾਜ਼ਰ ਹੋ ਚੁੱਕੇ ਹਾਂ ਜੀ ਜਿਹੜੀ ਕਿ ਚੰਡੀਗੜ੍ਹ ਦੇ ਵਿੱਚ ਨਿਕਲੀ ਜੀ ਨਵੀਂ ਭਰਤੀ ਸੋ ਇਸ ਦੇ ਵਿੱਚ ਪੋਸਟ ਹਨ ਜੀ ਸਟੋਰ ਕੀਪਰ ਦੀ ਤੇ ਸੁਪਰਵਾਈਜ਼ਰ ਦੀਆਂ ਠੀਕ ਹੈ ਜੀ ਤੇ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਜੀ ਠੀਕ ਹੈ ਕੀ ਕੁਆਲੀਫਿਕੇਸ਼ਨ ਰਹਿੰਦੀ ਹੈ ਹੋਰ ਕਿਉਂਕਿ ਦੋ ਪ੍ਰਕਾਰ ਦੀ ਪੋਸਟ ਹਨ ਇਸ ਦੇ ਵਿੱਚ ਤੇ ਆਪਾਂ ਸਾਰੀ ਜਾਣਕਾਰੀ ਦੇਖਦੇ ਹਾਂ ਜੀ ਵੀਡੀਓ ਦੇ ਵਿੱਚ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਪੀਜੀ ਚੰਡੀਗੜ੍ਹ ਵੱਲੋਂ ਪੋਸਟ ਆਈਆਂ ਨੇ ਜੀ ਜੋ ਕਿ ਸੰਗਠਨ ਦਾ ਨਾਮ ਦਿੱਤਾ ਹੈ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਪਜੀ ਐਮਈਆਰ ਚੰਡੀਗੜ੍ਹ ਦੀ ਤਰਫੋਂ ਇਹ ਨੋਟਿਸ ਆਇਆ ਜੀ ਜਿਸ ਦੇ ਵਿੱਚ ਪੋਸਟ ਨਾਮ ਨੇ ਕਿਹੜੀ-ਕਿਹੜੀਆਂ ਨੇ ਇੱਕ ਤਾਂ ਸਟੋਰ ਕੀਪਰ ਦੀਆਂ ਤੇ ਦੂਸਰੀਆਂ ਹਨ ਅਸਿਸਟੈਂਟ ਸੁਪਰਵਾਈਜ਼ਰ ਦੀਆਂ ਜਿਹਨੂੰ ਆਪਾਂ ਲਾਂਡਰੀ ਕਹਿੰਦੇ ਨੇ ਜੀ ਸੋ ਇਹ ਪੋਸਟਾਂ ਦਿੱਤੀਆਂ ਨੇ ਦੋ ਪ੍ਰਕਾਰ ਦੀਆਂ ਤੇ ਟੋਟਲ ਪੋਸਟਾਂ ਨੇ ਆਪਣੇ ਕੋਲ 10 ਠੀਕ ਹੈ ਬਾਕੀ ਆਪਾਂ ਅੱਗੇ ਦੇਖਾਂਗੇ ਜੀ ਸਟੋਰ ਕੀਪਰ ਦੇ ਵਿੱਚ ਕਿੰਨੀਆਂ ਨੇ ਤੇ ਸੁਪਰਵਾਈਜ਼ਰ ਦੇ ਵਿੱਚ ਕਿੰਨੀਆਂ ਨੇ ਤੇ ਦੋਸਤੋ ਆਪਾਂ ਸੈਲਰੀ ਪੇ ਸਕੀਲ ਦੀ ਗੱਲ ਕਰਦੇ ਹਾਂ ਇਸ ਦੇ ਵਿੱਚ ਜੋ ਬਹੁਤ ਵਧੀਆ ਲੈਵਲ ਦੀ ਜੋ ਸੈਲਰੀ ਪੇ ਸਕੀਲ ਇਸ ਦਿੱਤਾ ਜਾਂਦਾ ਹੈ ਜੀ ਸਟੋਰ ਕੀਪਰ ਵਾਸਤੇ ਹੈ ਜੀ 25400 ਤੋਂ ਲੈ ਕੇ 1 ਲੱਖ 12400 ਤੱਕ ਲੈਵਲ 6 ਮੁਤਾਬਕ ਇੱਥੇ ਤੁਹਾਨੂੰ ਸੈਲਰੀ ਵੀ ਦਿੱਤੀ ਜਾਵੇਗੀ ਜੀ ਸਟੋਰ ਕੀਪਰ ਵਾਸਤੇ ਅਗਲ ਗੱਲ ਕਰ ਲਈਏ ਦੋਸਤੋ ਅਸਿਸਟੈਂਟ ਸੁਪਰਵਾਈਜ਼ਰ ਵਾਸਤੇ ਤਾਂ ਇਸ ਵਾਸਤੇ ਸੈਲਰੀ ਹੈ ਜੀ 25500 ਤੋਂ ਲੈ ਕੇ 81100 ਤੱਕ ਇਹ ਲੈਵਲ 4 ਮੁਤਾਬਕ ਜੋ ਸੈਲਰੀ ਆ ਦਿੱਤੀ ਹੈਗੀ ਜੀ ਜੋਬ ਅਪਲੀਕੇਸ਼ਨ ਤੁਹਾਡੀ ਚੰਡੀਗੜ੍ਹ ਦੇ ਵਿੱਚ ਹੀ ਰਹੇਗੀ ਜੀ ਠੀਕ ਹੈ ਤੇ ਆਨਲਾਈਨ ਤਰੀਕੇ ਨਾਲ ਤੁਸੀਂ ਇਸ ਪੋਸਟ ਨੂੰ ਅਪਲਾਈ ਕਰਨਾ ਹੈ ਜੀ ਠੀਕ ਹੈ ਤੇ ਚੰਡੀਗੜ੍ਹ ਗਵਰਨਮੈਂਟ ਜੋਬਸ ਰਹੇਗੀ ਦੋਸਤੋ ਇਹ ਤੇ ਦੇਖ ਸਕਦੇ ਹੋ ਤੁਸੀਂ ਇਸ ਦੀ ਆਫੀਸ਼ੀਅਲ ਵੈਬਸਾਈਟ ਜੀ ਠੀਕ ਹੈ ਇਸ ਤੇ ਤੁਸੀਂ ਵਿਜ਼ਿਟ ਕਰ ਲਿਓ ਠੀਕ ਹੈ ਤੇ ਆਪਾਂ ਹੁਣ ਗੱਲ ਕਰਦੇ ਹਾਂ ਦੋਸਤੋ ਇਸ ਦੀਆਂ ਇੰਪੋਰਟੈਂਟ ਡੇਟਸ ਬਾਰੇ ਸੋ ਇਸ ਦੇ ਅਪਲਾਈ ਫਾਰਮ ਨੇ ਜੋ ਸਟਾਰਟ ਹੋਣਗੇ ਦੋਸਤੋ ਕੱਲ ਤੋਂ ਯਾਨੀ ਕਿ 11 ਫਰਵਰੀ 2022 ਤੋਂ ਤੇ ਇਸ ਦੀ ਲਾਸਟ ਡੇਟ ਰਹੇਗੀ ਫਾਰਮ ਅਪਰ ਵਾਸਤੇ 10 ਮਾਰਚ 2022 ਠੀਕ ਹੈ ਸੋ ਇਗਜ਼ਾਮ ਵੀ ਹੋਏਗਾ ਸੋ ਹਾਲੇ ਇਹਨਾਂ ਨੇ ਕੋਈ ਮਤਲਬ ਡੇਟ ਵਗੈਰਾ ਨਹੀਂ ਦਿੱਤੀ ਤੇ ਨੈਕਸਟ ਕਰੀਏ ਦੋਸਤੋ ਐਪਲੀਕੇਸ਼ਨ ਫੀਸ ਦੀ ਗੱਲ ਆਪਾਂ ਤਾਂ ਜਰਨਲ ਕੈਟਾਗਰੀ OBC ਤੇ EWS ਸੋ ਉਹਨਾਂ ਵਾਸਤੇ ਫੀਸ ਹੈ ਜੀ 1500 ਰੁਪਿਆ ਠੀਕ ਹੈ SC ST ਵਾਸਤੇ ਹੈ ਜੀ 800 ਰੁਪਿਆ ਜੋ ਕਿ ਬਹੁਤ ਜ਼ਿਆਦਾ ਹੈ ਪਰ ਪੋਸਟ ਵਧੀਆ ਨੇ ਦੋਸਤੋ ਸੈਲਰੀ ਪੇ ਸਕੇਲਸ ਦੇ ਵਿੱਚ ਵਧੀਆ ਹੈ ਤਾਂ ਜਿਹੜੇ ਵੀ ਕੈਂਡੀਡੇਟ ਐਲੀਜੀਬਲ ਹੋਣਗੇ ਤਾਂ ਪੋਸਟ ਅਪਲਾਈ ਕਰਿਓ ਜੀ ਤੇ ਤੁਸੀਂ ਇਹ ਫੀਸ ਹੈ ਜੋ ਆਨਲਾਈਨ ਮੋਡ ਤਰੀਕੇ ਨਾਲ ਹੀ ਸੋ ਚਾਰਜ ਕਰ ਸਕਦੇ ਹੋ ਦੋਸਤੋ ਤੇ ਨੈਕਸਟ ਵਾਰਸ ਤੋਂ ਗੱਲ ਕਰਦੇ ਆਪਾਂ ਜੀ ਪੋਸਟ ਡੀਟੇਲਸ ਬਾਰੇ एलिजिਬਿਲਟੀ ਵਾਰੀ ਤੇ ਕੁਆਲਿਫੀਕੇਸ਼ਨਸ ਬਾਰੇ ਤੇ ਦੋਸਤੋ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਏਜ ਲਿਮਟ ਬਾਰੇ ਤਾਂ ਇਸ ਦੇ ਵਿੱਚ ਜੋ ਏਜ ਰੱਖੀ ਗਈ ਹੈ ਜੀ 18 ਸਾਲ ਤੋਂ ਲੈ ਕੇ 30 ਸਾਲ ਤੱਕ ਠੀਕ ਹੈ ਤੇ ਤੁਹਾਡੀ ਏਜ ਜੋ ਕਦ ਤੱਕ ਮੰਗੀ ਗਈ ਹੈ 10 ਮਾਰਚ 2022 ਤੱਕ ਤੁਹਾਡੀ ਏਜ ਇਹ ਮੰਗੀ ਗਈ ਹੈ ਜੀ ਠੀਕ ਹੈ ਬਾਕੀ ਰੈਲੈਕਸੇਸ਼ਨ ਵੀ ਦੇਜੇਗਾ ਉਹ ਕਿਸ ਦੇ ਮਤਲਬ ਅਕੁਰੂਲ ਜਿੰਦਾਬ ਕੀ ਨੋਟੀਫਿਕੇਸ਼ਨ ਦਿੱਤਾ ਗਿਆ ਜੀ ਠੀਕ ਹੈ ਜੀ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਸੋ ਇਸਦੇ ਜੋ ਪੋਸਟ ਨੇਮ ਹੈ ਸਟੋਰ ਕੀਪਰ ਵਈ ਠੀਕ ਹੈ ਟੋਟਲ ਪੋਸਟਾਂ 9 ਇਸ ਦੇ ਵਿੱਚ ਦਿੱਤੀਆਂ ਨੇ ਸੋ ਕੈਟਾਗਰੀ ਵਾਈਜ਼ ਵੀ ਪੋਸਟਾਂ ਬਣੀਆਂ ਨੇ ਤੇ ਇਸ ਦੇ ਵਿੱਚ ਕੁਆਲਿਫੀਕੇਸ਼ਨ ਹੈ ਜੀ ਗ੍ਰੈਜੂਏਟ ਥੋੜੀ ਹੋਣੀ ਚਾਹੀਦੀ ਹੈ ਜੀ ਪੀਜੀ ਮੈਥਸ ਦੇ ਵਿੱਚ ਕਮਰਸ ਦੇ ਵਿੱਚ ਇਕਨੋਮਿਕਸ ਸਟੈਟਿਸਟਿਕਸ ਜਾਂ ਫਿਰ ਫਾਈਨਾਂਸ ਇਹਨਾਂ ਵਿੱਚੋਂ ਕਿਸੇ ਦੇ ਵਿੱਚ ਵੀ ਕੋਈ ਗ੍ਰੈਜੂਏਟਰ ਤੁਹਾਨੂੰ ਕੀਤੀ ਹੋਈ ਹੈ ਪੀਜੀ ਦੇ ਵਿੱਚ ਠੀਕ ਹੈ ਤਾਂ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਜੀ ਸਟੋਰ ਕੀਪਰ ਵਾਸਤੇ ਨੈਕਸਟ ਵੈਕੈਂਸੀ ਹੈ ਜਿਹੜੀ ਆਪਣੇ ਕੋਲ ਅਸਿਸਟੈਂਟ ਸੁਪਰਵਾਈਜ਼ਰ ਦੀ ਠੀਕ ਹੈ ਉਸ ਦੇ ਵਿੱਚ ਇੱਕ ਪੋਸਟ ਰੱਖੀ ਗਈ ਹੈ ਉਹ ਵੀ ਜਰਨਲ ਵਾਸਤੇ ਜੀ ਠੀਕ ਹੈ ਤੁਹਾਡੇ ਕੋਲ ਡਿਪਲੋਮਾ ਹੈ ਜੀ ਸੋ ਇਹ ਸਰਟੀਫਿਕੇਟ ਮੈਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਤੇ ਪਲੱਸ 5 ਸਾਲ ਦਾ ਐਕਸਪੀਰੀਅੰਸ ਮੰਗੇ ਗਏ ਜੀ ਲਾਂਡਰੀ ਦੇ ਵਿੱਚ ਠੀਕ ਹੈ ਤਾਂ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਸੋ ਇਹ ਸੀ ਦੋਸਤੋ ਕੁਆਲਿਫੀਕੇਸ਼ਨਸ ਠੀਕ ਹੈ ਨੈਕਸਟ ਗੱਲ ਕਰੀਏ ਆਪਾਂ ਜ਼ਿਕਰ ਸੋ ਇਸ ਦੇ ਸਿਲੈਕਸ਼ਨ ਪ੍ਰੋਸੈਸ ਬਾਰੇ ਸੋ ਇਸ ਦਾ ਸਿਲੈਕਸ਼ਨ ਪ੍ਰੋਸੈਸ ਕਿਵੇਂ ਰਹੇਗਾ ਦੋਸਤੋ ਉਹ ਆਪਾਂ ਦੇਖ ਲੈਣੇ ਆ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਡੇ ਕੋਲ ਜੀ ਇਸ ਦਾ ਐਗਜ਼ਾਮ ਹੋਵੇਗਾ ਜੀ ਸੀਬੀਟੀ ਐਗਜ਼ਾਮ ਹੋਵੇਗਾ ਜੀ ਫਿਰ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਫਿਰ ਮੈਡੀਕਲ ਹੋਵੇਗਾ ਸੋ ਮেইন ਸਟੇਜ ਦੇ ਵਿੱਚ ਸੋ ਪੇਪਰ ਹੀ ਹੈ ਸੋ ਜਿਹੜਾ ਕਿ ਪੇਪਰ ਲਿਆ ਜਾਵੇਗਾ ਜੀ ਉਸ ਤੋਂ ਬਾਅਦ ਸੋ ਜ਼ਿਆਦਾ ਇਹ ਇੰਪੋਰਟ ਨਹੀਂ ਹੈ ਠੀਕ ਹੈ ਤਾਂ ਇਸ ਦੇ ਵਿੱਚ ਲਗਭਗ ਦੇਖੋ ਦੋਸਤੋ ਸੋ ਇਸ ਦੇ ਵਿੱਚ ਨੈਗੇਟਿਵ ਮਾਰਕਿੰਗ ਰਹਿਣ ਵਾਲੀ ਹੈ ਜੀ 1/4 ਦੇ ਵਿੱਚ ਨੈਗੇਟਿਵ ਮਾਰਕਿੰਗ ਰਹਿੰਦੀ ਹੈ ਜੀ ਤਾਂ ਇਹ ਨੋਟ ਰੱਖਿਓ ਤੇ ਇਸ ਦੇ ਵਿੱਚ 100 ਕੁਐਸਚਨ ਆਣਗੇ ਸੋ 100 ਮਾਰਕਸ ਦੇ ਰਹਿਣਗੇ ਜੀ ਠੀਕ ਹੈ ਤਾਂ ਇਹ ਵੀ ਨੋਟ ਰੱਖਿਓ ਤੇ ਇਸ ਦੇ ਵਿੱਚ ਸਮਾਂ ਵੀ ਰਹੇਗਾ ਜੀ 100 ਮਿੰਟ ਦਾ ਠੀਕ ਹੈ ਤਾਂ ਤੁਸੀਂ ਇਹ ਨੋਟ ਰੱਖਣ ਦੋਸਤੋ 100 ਕੁਐਸ਼ਨ 100 ਮਾਰਕਸ ਦੇ ਤੇ 100 ਮਿੰਟਸ ਦੇ ਵਿੱਚ ਰਹਿਣ ਵਾਲਾ ਜੀ 1/4 ਦੀਸ ਦੇ ਵਿੱਚ ਨੈਗੇਟਿਵ ਮਾਰਕਿੰਗ ਰਹਿਣ ਵਾਲੀ ਹੈ ਸੋ ਦੋਸਤੋ ਇਹ ਤੁਸੀਂ ਯਾਦ ਰੱਖਿਓ ਜੀ ਬਾਕੀ ਸਿਲੇਬਸ ਬਾਰੇ ਤੁਹਾਨੂੰ ਸੋ ਕੋਈ ਜੇ ਮਿਲਦਾ ਆਪਾਂ ਨੂੰ ਕਿਸੇ ਪਾਸੋਂ ਜਾਂ ਕੋਈ ਨੋਟਿਸ ਆਉਂਦਾ ਤਾਂ ਆਪ ਤੁਹਾਨੂੰ ਆਪਾਂ ਸੈਂਡ ਕਰ ਦਾਂਗੇ ਜੀ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਪਰ ਠੀਕ ਹੈ ਜੀ ਸਮਝ ਗਏ ਹੋਵਾਂਗੇ ਸਾਰੀ ਡਿਟੇਲ ਤੁਸੀਂ ਸੋ ਇਸ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਜੀ ਦੋਸਤੋ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਬਾਤ ਤੋਂ ਬਾਤ ਲਾਈਕ ਜਰੂਰ ਕਰਦੇ ਰਹੋ ਤੇ ਤੇ ਚੈਨਲ ਨੂੰ ਐਵੇਂ ਹੀ ਪਿਆਰ ਦਿੰਦੇ ਰਹੋ ਸੋ ਚੈਨਲ ਨਾਲ ਜੁੜਦੇ ਰਹੋ ਜੀ ਐਮੀ ਠੀਕ ਹੈ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਬਤੋ ਬਤ ਸ਼ੇਅਰ ਕਰਿਓ ਜੀ ਤੇ ਮਿਲਦੇ ਹਾਂ ਨੈਕਸਟ ਟਾਈਮ ਨੈਕਸਟ ਵੀਡੀਓ ਦੇ ਵਿੱਚ ਤਦ ਲਈ ਓਕੇ ਥੈਂਕ ਯੂ ਥੈਂਕਸ ਫॉर ਵਾਚਿੰਗ